ਜਦੋਂ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਤਾਂ ਤੁਸੀਂ ਪਹਿਲਾਂ ਦੱਸ ਦਿੰਦੇ ਸੀ ਵੀ ਕੁਝ ਨਹੀਂ ਨਿਕਲਣਾ, ਪਰ ਅੱਜ ਕੀ ਕਹੋਗੇ? ਅੱਜ ਕੋਈ ਨਵੀਂ ਗੱਲ, ਅੱਜ ਕੋਈ ਸਰਕਾਰ ਬਦਲ ਗਈ ਆ, ਇਸ ਉਹੀ ਸਰਕਾਰ ਹੈ ਤੇ ਉਹੀ ਮੰਤਰੀ ਨੇ। ਕਾਣਿਆ ਘੋੜੀ ਚੜੇ ਤੇ ਜਾਣਿਆ, ਠੀਕ ਹੈ। ਇਹ ਕਹਾਵਤ ਜਿਹੜੀ ਆ ਇਹਨਾਂ ਤੇ ਸਰਕਾਰ ਤੇ ਬੜੀ ਟੁੱਕਦੀ ਆ। ਹੁਣ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਾਂ ਸਾਡੇ ਦੋ ਦੇ ਜਾਂ ਤੀਸਰੀ ਲਾਈਨ ਤੇ ਜਿਹੜੇ ਆਗੂ ਨੇ ਉਹ ਤਾਂ ਸਾਰੇ ਇੱਥੇ ਬੈਠੇ ਨੇ। ਹੁਣ ਜੇ ਪਿੱਛੇ ਰੋਸ ਦੇ ਵਿੱਚ ਕਿਸਾਨਾਂ ਵੱਲੋਂ ਉਹਦੇ ਕੂੜੇ ਦੀ ਟਾਲੀ ਸੁੱਟਤੀ ਤੇ 307 ਦੇ ਪਰਚੇ, ਕਦੀ ਇਹ ਵੀ ਹੋਇਆ ਵੀ ਕੂੜੇ ਨਾਲ ਉਹਦੇ ਕਤਲ ਦਾ ਇਰਾਦਾ ਹੋ ਗਿਆ, ਉਹਦਾ 307 ਇਰਾਦਾ ਕਤਲ। ਕੀ ਉਹ ਕੂੜੇ ਦੀ ਟਰਾਲੀ ਜਿਹੜੀ ਆ ਉੱਥੇ ਉਹਨੂੰ ਕਤਲ ਕਰ ਦੂਗੀ? ਤੁਸੀਂ ਪ੍ਰੋਗਰਾਮ ਦਿੱਤਾ 26 ਤਰੀਕ ਨੂੰ, ਤੁਸੀਂ ਪਰੇਡ ਕਰਨ ਜਾ ਰਹੇ ਹੋ ਸਰਕਾਰ ਦੇ ਬਰਾਬਰ ਕਰੋਗੇ ਤਿਰੰਗਾ ਲਗਾ ਕੇ, ਫਿਰ ਇਹ ਸਰਕਾਰ ਨੂੰ ਵੀ ਕੀ ਹੈ ਇਹਦੇ ਨਾਲ ਤੋਂ ਵੱਖਰੇ ਕਿਵੇਂ ਦੇਖੋਗੇ? ਤੁਸੀਂ ਵੀ ਤਿਰੰਗਾ ਲਗਾਇਆ ਜਾਂ ਤੇ ਕਾਲੀਆਂ ਝੰਡੀਆਂ ਲਾ ਕੇ ਤੁਸੀਂ ਰੋਸ ਜਤਾ ਰਹੇ ਹੋ, ਇਹ ਵਕ ਸਮਝ ਆਉਂਦੀ, ਪਰ ਤਿਰੰਗਾ ਲਗਾ ਕੇ ਇਹ ਲੜਾਈ ਆ ਕਿਸਾਨਾਂ ਦੀ। ਤੇ ਕਿਸਾਨ ਜਿਹੜੇ ਨੇ ਉਹਦੇ ਵਿੱਚ ਇੱਕ ਧਰਮ ਦੇ ਨਹੀਂ ਹੈਗੇ, ਇੱਕ ਫਿਰਕੇ ਦੇ ਨਹੀਂ ਹੈਗੇ, ਠੀਕ ਹੈ। ਇਸ ਕਰਕੇ ਇਹ ਜਿਹੜੀ ਲੜਾਈ ਆ ਇਹ ਰਣਨੀਤੀ ਦਾ ਇੱਕ ਹਿੱਸਾ ਹੈ। ਉਸ ਝੰਡੇ ਤਿਰੰਗੇ ਤੇ ਅਟੈਕ ਕਰਨ ਵੇਲੇ ਸੋਚਣਾ ਪਊਗਾ ਸਰਕਾਰ ਨੂੰ, ਬਸ ਇਸੇ ਕਰਕੇ ਤੋਂ ਰਣਨੀਤੀ ਹੈ ਨਾ ਕਿਸਾਨਾਂ ਦੀ। कुछ ही समय के विज्ञान भवन दिल्ली विखे केंद्र सरकार के नाल किसान जथेबंदियों की मीटिंग है वो शुरू होने जा रही है, तो उस दे विच ही बलदेव सिंह सिरसा पहुँचे ने, गलबात करते हैं। सिरसा साहब, बहुत सारे लोग जोड़े है उन्होंने अज जी इस मीटिंग के उत्ते नज़र बनी हुई है, बहुत उम्मीदों नाल जिहड़े लोग अज की इस मीटिंग वेख रहे हैं। पर सिरसा साहब तो पुछदे हैं किस उम्मीद दे नाल अज दी मीटिंग नूं अटेंड कर रहे हो जी? ਕਿ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਤਾਂ ਤੁਸੀਂ ਪਹਿਲਾਂ ਦੱਸ ਦਿੰਦੇ ਸੀ ਵੀ ਕੁਝ ਨਹੀਂ ਨਿਕਲਣਾ, ਪਰ ਅੱਜ ਕੀ ਕਹੋਗੇ ਜੀ? ਅੱਜ ਕੋਈ ਨਵੀਂ ਗੱਲ, ਅੱਜ ਕੋਈ ਸਰਕਾਰ ਬਦਲ ਗਈ ਆ, ਇਸ ਉਹੀ ਸਰਕਾਰ ਹੈ ਤੇ ਉਹੀ ਮੰਤਰੀ ਨੇ। ਇਹਨਾਂ ਤੇ ਅਜੇ ਭਰੋਸਾ ਨਹੀਂ ਕੀਤਾ ਜਾਂਦਾ। ਆਪਣੀ ਨਾ ਇੱਕ ਪੰਜਾਬੀ ਕਹਾਵਤ ਹੈ, ਕਾਣਿਆ ਘੋੜੀ ਚੜੇ ਤੇ ਜਾਣਿਆ, ਠੀਕ ਹੈ। ਇਹ ਕਹਾਵਤ ਜਿਹੜੀ ਆ ਇਹਨਾਂ ਤੇ ਸਰਕਾਰ ਤੇ ਬੜੀ ਟੁੱਕਦੀ ਆ। ਇਹ ਜਿਹੜੇ ਲੋਕ ਨੇ ਇਹ ਕਿਸਾਨਾਂ ਦੇ ਪ੍ਰਤੀ ਕੋਈ ਵੀ ਇਹਨਾਂ ਦੇ ਮਨ 'ਚ ਕੋਈ ਹਮਦਰਦੀ वाली गल नहीं हैगी। जे होंगी तो तुसीं ये दसो भी एक तो पासे सानू गलबात वास्ते बुलाया जाता, दूसरे पासे साडे किसानां दे उत्ते जिहड़ा लाठीचार्ज अत्याचार जिहड़ा हो रहा है, जिस तरह कल्टीन गैस छड्डे गए, ट्रालियां 'च अग्गां लगियां, तो उहदा दोषी कौन है? एक पासे तो यह कर रहे हैं, दूसरे पासे जिहड़ी पंजाब सरकार दी तुसीं गल कीती है, ये सारे दे सारे इक्को जे ने। इन्हां ने हुण पंजाब दे विच जे किसी दे घर अगे कूड़े दी टाली किसी ने सुट्टी आ दुखी मन दे नाल वी साडे लोक उत्थे बैठे ने। हुण साडे जिहड़े किसान जथेबंदियां दे आगू ने जां साडे दो दे जां तीसरी लाइन ते जिहड़े आगू ने ओह तां सारे इत्थे बैठे ने। हुण जे पिछे रोस दे विच किसानां वल्लों कोई कूड़े दी टाली सुट्टी ते 307 दे परचे, कदी इह वी होया भी कूड़े नाल ओहदे कतल दा इरादा हो गया, ओहदा 307 इरादा कतल। ਕੀ ਉਹ ਕੂੜੇ ਦੀ ਟਰਾਲੀ ਜਿਹੜੀ ਆ ਉੱਥੇ ਉਹਨੂੰ ਕਤਲ ਕਰ ਦੂਗੀ? ਬਲਕਿ ਇਹਨੇ ਇਹ ਸਾਬਤ ਕਰਤਾ ਵੀ ਗੋਏ ਦੀ ਮੁਸ਼ਕ ਵੀ ਬੰਦਾ ਮਾਰ ਸਕਦੀ ਹੈ। ਇਹ ਤਾਂ ਤੁਹਾਡੇ ਸਾਹਮਣੇ ਆ ਗਿਆ। ਇਹ ਤਾਂ ਕਹਿੰਦੇ ਦਵਾਈਆਂ 'ਚ ਪਾਓ ਜੀ ਗੋਬਰ, ਤੇ ਫਿਰ ਇਹੀ ਤਾਂ ਚੀਜ਼ ਹੈ ਨਾ। ਇੱਕ ਪਾਸੇ ਤਾਂ ਦਵਾਈਆਂ 'ਚ ਪਾਉਣ ਦੀ ਗੱਲ, ਉਹ ਗੱਲ ਚਲੋ ਵੱਖਰੀ ਆ, ਜਵੇਸ਼ਾ ਨਹੀਂ ਹੈਗਾ ਗੱਲ ਕਰਨ ਦਾ, ਪਰ ਇਹ ਚੀਜ਼ ਹੈ ਵੀ ਇੱਕ ਪਾਸੇ ਤੇ ਇਹ ਆ ਤੇ ਦੂਸਰੇ ਪਾਸੇ ਇਹ ਆ। ਤੇ ਫਿਰ ਵੇਖੋ ਤੁਸੀਂ ਵੀ ਜਿਹੜਾ ਲਾਠੀ ਚਾਰਜ ਪੰਜਾਬ 'ਚ ਵੀ ਹੋ ਰਿਹਾ, हरियाणे भी हो रहा है, तो दिल्ली के भी की कुछ जड़ा एक किस तरह की रणनीति अपना रहे हैं। सानू किसान नहीं मन्निया जा रहा, सानू किसानों बदनाम किया जा रहा, सो ये सारियां जो चीज़ां ने बड़ियां दुखदायक। सिरसा साहब, तुसीं प्रोग्राम दिता 26 तरीक नूं, तुसीं परेड करन जा रहे हो सरकार के बराबर करोगे तिरंगा लगा के, फिर ये सरकार नूं भी की है इहदे नाल तो वखरे किवें देखोगे? तुसीं भी तिरंगा लगाया जां ते कालियां झंडियां ला के तुसीं रोस जता रहे हो, ਇਹ ਵਕ ਸਮਝ ਆਉਂਦੀ, ਪਰ ਤਿਰੰਗਾ ਲਗਾ ਕੇ ਦੇਖੋ ਜਿਹੜੇ ਸਾਡੇ ਝੰਡੇ ਹੋਣਗੇ ਉੱਥੇ ਕਿਸਾਨੀ ਦੇ ਵੀ ਨਾਲ ਹੋਣਗੇ। ਤਿਰੰਗਾ ਤੇ ਜਿਹੜਾ ਉਹਦਾ ਤੁਸੀਂ ਵੀ ਸਮਝਦੇ ਜੇ ਵੀ ਉਹਦੇ ਪਿੱਛੇ ਕੋਈ ਰਾਜ ਹੈ, ਤੇ ਜੇ ਇਹ ਵਿਛਾੜਾ ਮਾਰਦੇ ਨੇ ਤੇ ਤਿਰੰਗੇ ਤੇ ਹੀ ਮਰਨਗੇ ਨਾ। ਸਾਡੇ ਆਪਣੇ ਜਿਹੜੇ ਕਿਸਾਨੀ ਦੇ ਜਿਹੜੇ ਝੰਡੇ ਨੇ, ਸਾਡੇ ਕਾਲੇ ਝੰਡੇ, ਤੁਸੀਂ ਮੇਰੀ ਲੋਕ ਭਲਾਈ ਇਨਸਾਫ ਵੈਲਫੇਅਰ ਦਾ ਝੰਡਾ ਵੇਖੋ ਜਿਹਦੇ ਵਿੱਚ ਕਾਲਾ ਝੰਡਾ ਹੈ, ਤੇ ਮਤਲਬ ਰਣਨੀਤੀ ਤਿਆਰ ਕੀਤੀ ਵੀ ਜੇ ਵਿਛਾੜ ਮਾਰਨਗੇ ਤਾਂ ਫਿਰ ਝੰਡੇ ਉਹਨਾਂ ਦੇ ਝੰਡੇ ਤੇ ਵੱਜੂ, ਫਿਰ ਪਤਾ ਲੱਗੂ ਨਾ ਵੀ ਇਹ ਜਿਹੜੇ ਇਹਨਾਂ ਨੂੰ ਕਹਿੰਦੇ ਨੇ। ਇਸ ਕਰਕੇ ਇੱਕ ਰਣਨੀਤੀ ਆ, ਇਹ ਇੱਕ ਲੜਾਈ ਦਾ ਇੱਕ ਹਿੱਸਾ। ਇਹਨੂੰ ਥੋੜ੍ਹਾ ਜਿਹਾ ਲੋਕ ਜਿਹੜੇ ਮੇਰੇ ਵੀਰ ਕਮੈਂਟ ਵੀ ਕਰ ਰਹੇ ਨੇ ਨਾ, ਉਹ ਵੀ ਥੋੜ੍ਹਾ ਜਿਹਾ ਧਿਆਨ ਨਾਲ ਇਹਨੂੰ ਸਮਝਣ, ਕਿਉਂਕਿ ਸਾਡੀ ਇਹ ਇਕੱਲੇ ਜਿਹੜੀ ਆ ਨਾ, ਇੱਥੇ ਕੋਈ ਕਿਸੇ ਧਰਮ ਦੀ ਜਾਂ ਕਿਸੇ ਹੋਰ ਗੱਲ ਦੀ ਲੜਾਈ ਨਹੀਂ ਹੈਗੀ ਵੀ, ਇਹ ਲੜਾਈ ਆ ਕਿਸਾਨਾਂ ਦੀ। ਤੇ ਕਿਸਾਨ ਜਿਹੜੇ ਨੇ ਉਹਦੇ ਵਿੱਚ ਇੱਕ ਧਰਮ ਦੇ ਨਹੀਂ ਹੈਗੇ, ਇੱਕ ਫਿਰਕੇ ਦੇ ਨਹੀਂ ਹੈਗੇ, ਠੀਕ ਹੈ। ਇਸ ਕਰਕੇ ਇਹ ਜਿਹੜੀ ਲੜਾਈ ਆ ਇਹ ਰਣਨੀਤੀ ਦਾ ਇੱਕ ਹਿੱਸਾ हिस्सा है। उस झंडे तिरंगे ते अटैक करने वेले सोचना पऊगा सरकार नूं। बस इसे करके तो रणनीति है ना किसानों की, किसान जथेबंदियां जिहड़ा फैसला करदियां ने सोच समझ के करदियां। तुसीं देख लेना मेरा जिहड़ा ट्रैक्टर होगा उत्ते नाल काली झंडी भी होएगी तो किस अखरां दे विच जिहड़ा है वह लिखिया होएगा लोक भलाई इंसाफ वैलफेयर सोसाइटी, साढ़े को सब कुछ ही है। असीं उहदे बदल भी सकदे। तोमर साहब ने पिछे जिहा बयान दिता 3-4 दिन पहले, वह कहते जी हुण 4 तारीख की मीटिंग है किसान अतैशी किसान पक्षी नतीजे आउणगे जी, किस तरह? बड़ी चंगी गल है, आ जाए असीं तां कहने हुणे कर दे तो बड़ी चंगी गल है। चार ही क्यों नहीं पता उन्होंने मुताबिक किसान पक्षी होने मुताबिक विरुद्ध हो तो फिर असी जो मीटिंग होएगी उस तो बाद फिर वेखांगे ना भी की करते हैं तो फिर ही पता लगू ना भी की कर रहे हैं। ठीक है ना। रिलायंस ने कहा है जी भी जी असी कॉन्ट्रैक्ट फार्मिंग नहीं करते तो MSP तो खरीदते हैं, इनू किमें वेखदे हो? एक मीटिंग तो पहले ही रिलायंस का अजिहा बयान ये तो सारा कुछ एक लोगों भुलेखा पाने वास्ते है तो यह सारिया कोई गल्लां नहीं ऐसी है, कुछ नहीं है, सिर्फ फोके बयानबाजियां। पंजाब ते हरियाणा कोर्ट दे विच जा रहे ने ते कह रहे ने भी जिहड़ा साडे टावरां दी पंजाब दे विच बहुत ज़्यादा नुकसान हो रहा उहदी भरपाई दे लई जां फिर उहनां नूं बचाया जावे कोर्ट नूं। देखो असी टावर तां तोड़न दे हक च है ही, तुहानूं पता है ना कि असी लंबा समा रेलवे ट्रैकां ते रहे, इत्थे 1.5 महीना हो गया, किसी ने कोई गलबात कीती है, किसी ने पत्ता भी किसी नूं मारिया, असी उस गल दे हक च नहीं। पर विचारन वाली गल यह है कि वो टावर जोड़े लोग आम लोग जोड़े ने वो तोड़ रहे हैं तो क्यों तोड़ रहे हैं, उन्हों दियां मुश्किलां तां वेखो, उन्होंने पुछण भी तैनूं की तकलीफ है। हुण तुसीं मैं आपां दोने झगड़ पैंदे आ, तीसरा बंदा आउंदा वो आपां नूं पुछदा भी भाई दस तैनूं की गल है भी तूं जो मेरे खिलाफ बोल रहा है, तूं मेरे कोल गया है तो यह दस तैनूं तकलीफ की है। सो वो तकलीफ तां पुछण भी की तकलीफ उन्हां लोकां नूं, वो नहीं चाहुंदे जी उहदी सोच चलाउण। पर तुसीं लगातार लोकां नूं कह रहे हो डेमोक्रेटिक तरीके दे नाल विरोध करो ते जे अजिहियां गल्लां हुंदियां तां हो सकदा सरकार दे छड्डे होए बंदे भी कुछ गलत कर रहे जी। देखो मैं सारे फड़ा नहीं दित्ते, सरकार ਦੀਆਂ ਜਿਹੜੀਆਂ ਪਾਲਿਸੀਆਂ ਜਿਹੜੀ ਨੀਤੀ ਨੀਅਤ ਤੇ ਨੀਤੀ ਆ ਉਹ ਸਾਹਮਣੇ ਨਹੀਂ ਕੀਤੀ, ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਸਰਕਾਰ ਜਿਹੜੇ ਬੰਦੇ ਮੈਂ ਫੜਾਏ ਨੇ ਹੁਣ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ? ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਵੇ, ਸਾਰਾ ਨਿਰਣਾ ਹੋਵੇ, ਆਪੇ ਪਤਾ ਲੱਗ ਜਾਏਗਾ। ਸੋ ਇਹ ਸਾਡੇ ਐਜੀਟੇਸ਼ਨ ਨੂੰ ਫੇਲ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਸਾਜ਼ਸਾਂ ਜਿਹੜੀਆਂ ਨੇ ਰਚ ਰਹੀਆਂ ਨੇ, ਉਹ ਕੌਣ ਰਚ ਰਿਹਾ ਇਹ ਹੁਣ ਤੁਸੀਂ ਦੇਖੋ। ਇਹ ਗੱਲ ਕੀ ਹੈ ਜਿਨ੍ਹਾਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਇਹ ਸਾਜ਼ਸਾਂ ਤੇ ਉਹੀ ਕਰਨਗੇ ਨਾ, ਉਹ मैं थोड़ा करूँगा, ये जिहड़े साडे विरोधी ने उही करनगे ना, इस करके बहुत कुछ हो रहा है। सो बिल्कुल जी सन बलदेव सिंह सिरसा जिन्हों ने क्लीयर किया क्योंकि बहुत सारिया गल्लां बहुत सारिया आवाज़ा कमेंट लगातार लोग भी पूछ रहे सी भी इन्होंने भी सवाल पूछो भी तिरंगा झंडा तुसीं लैके जा रहे हो, एक पासे सरकार ने भी तिरंगा लगा के ही परेड करनी है तो तुहाडे परेड ते सरकार दी परेड दे विच की फर्क रह गया? पर बलदेव सिंह सिरसा ने रणनीति नूं क्लीयर किया है तो कहा है कि इसनूं किसी धार्मिक रंग दे नाल ना वेखिया जावे, वो एक रणनीति है, इसनूं पॉजिटिव वे दे नाल ही लिया जाए। पर अज 4 जनवरी के उत्ते सब दियां नज़रां टिकिया हुई ने ते सब यही वेख रहे हैं कि जेकर मीटिंग दा ये जदों मीटिंग तो बाद आगू बाहर आउंदे ने तां उन्हां दे चेहरे दे उत्ते किवें दा रिएक्शन होवेगा, किवें दी रौनक रहिंदी है जां फिर हर बार दी तरह निराशता भरे चेहरिਆਂ दे नाल ही बाहर आउणा पेगा। मनविंदर सिंह टवाणा दे नाल जगदीप सिंह थली, पंजाबी लोक चैनल, विग्यान भवन, दिल्ली।